ਮਾਨਯੋਗ ਸਪੀਕਰ ਸਾਹਿਬ ਮੈਂ ਆਪ ਜੀ ਦਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇਸ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਗਾੜੀ ਕਾਂਡ ਤੇ ਬੋਲਣ ਦਾ ਮੌਕਾ ਦਿੱਤਾ ਹੈ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਇਹਨਾਂ ਦੇ ਸਿੱਖ ਬੈਠੇ ਹੈ, ਮੰਨਿਆ ਜਾਂਦਾ, ਪੂਜਾ ਹੁੰਦੀ ਹੈ ਤੇ ਹਰ ਦੁਨੀਆਂ ਦੇ ਕੋਨੇ ਵਿੱਚ ਇਹਨਾਂ ਦਾ ਗੁਰਦੁਆਰਾ ਹੈ। ਪਰ ਸਪੀਕਰ ਸਾਹਿਬ ਅੱਜ ਦਾ ਦਿਨ ਇਤਿਹਾਸਕ ਵੀ ਹੈ, ਅੱਜ ਦਾ ਦਿਨ ਮੰਦਭਾਗਾ ਵੀ ਹੈ। ਮੰਦਭਾਗਾ ਇਸ ਕਰਕੇ ਹੈ ਕਿ ਸਾਨੂੰ ਆਪਣੇ ਬਾਪ ਆਪਣੇ ਗੁਰੂ ਦੀ ਬੇਅਦਬੀ ਤੇ ਅੱਜ ਇੱਥੇ ਚਰਚਾ ਕਰਨੀ ਪੈ ਰਹੀ ਹੈ ਜਿਹੜੀ ਕਿ ਕਦੇ ਹੋਣੀ ਨਹੀਂ ਸੀ ਚਾਹੀਦੀ। ਇਤਿਹਾਸਕ ਇਸ ਕਰਕੇ ਹੈ ਕਿ ਅੱਜ ਅਸੀਂ ਆਪਣੇ ਬਾਪ ਦੀ ਬੇਅਦਬੀ ਦਾ ਬਦਲਾ ਲੈਣ ਦਾ ਰਾਹ ਪੱਧਰਾ ਕਰਨ ਲਈ ਮੁੱਖ ਮੰਤਰੀ ਜੀ ਨੂੰ ਬੇਨਤੀ ਕਰ ਰਹੇ ਹਾਂ। ਮੈਂ ਉਹ ਦਿਨ ਦੇਖੇ ਹੈ, ਤੁਸੀਂ ਸਾਰਿਆਂ ਨੇ ਦੇਖੇ ਹੈ ਜਦੋਂ ਇਹਨਾਂ ਲੋਕਾਂ ਦਾ ਜਿਹੜੇ ਉੱਠ ਕੇ ਚਲੇ ਗਏ ਪੰਜਾਬ ਦੇ ਵਿੱਚ ਵੜਨਾ ਬੰਦ ਕਰਤਾ ਸੀ, ਪੰਜਾਬ ਦੇ ਹਿਰਦੇ ਬਲੂੰਦਰੇ ਗਏ, ਅੱਜ ਵੀ ਬਲੂੰਦਰੇ ਪਏ ਹੈ। ਉਦੋਂ ਚੋਣਾਂ ਦੇ ਵਿੱਚ ਮੈਂ CLP ਦਾ ਲੀਡਰ ਸੀ, ਮੈਂ ਕੈਪਟਨ ਸਾਹਿਬ ਦੇ ਬਰਾਬਰ ਖੜਾ ਸੀ ਜਦ ਇਹਨਾਂ ਨੇ ਅਨਾਊਂਸ ਕਰਿਆ ਸੀ ਕਿ ਮੈਂ ਇਸ ਬੇਅਦਬੀ ਦਾ ਬਦਲਾ ਲੈ ਕੇ ਰਹਾਂਗਾ ਔਰ ਇਹ ਕੱਢਾਂਗਾ। ਜਿਹੜੇ ਘਰ ਚ ਪੈਣ ਜਾਂਦੀ ਹੈ ਮੈਂ ਉਹ ਘਰ ਦੇ ਬੰਦੇ ਬਾਹਰ ਕੱਢ ਕੇ ਤੁਹਾਡੇ ਕਟਹਿਰੇ ਵਿੱਚ ਖੜੇ ਕਰਾਂਗਾ। ਸਭ ਤੋਂ ਪਹਿਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਅੱਜ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਇਹਨਾਂ ਨੇ ਉਸ ਵਾਅਦੇ ਨੂੰ ਪੂਰਾ ਕਰਨ ਵਾਸਤੇ ਇੱਕ ਰਾਹ ਪੱਧਰਾ ਕਰ ਲਿਆ ਰਸਤਾ ਤੇ ਉਸ ਕਟਾਰ ਤੇ ਲਿਆ ਕੇ ਖੜਾ ਕਰ ਲਿਆ ਜਿੱਥੇ ਲੋਕਾਂ ਨੂੰ ਅੱਜ ਉਹਨਾਂ ਦੇ ਗੁਰੂ ਦਾ ਉਹਨਾਂ ਦੇ ਬਾਪ ਦੀ ਬੇਅਦਬੀ ਦਾ ਦੀ ਸਜ਼ਾ ਦੇਣ ਦਾ ਮੌਕਾ ਮਿਲੇ। ਮੈਂ ਧੰਨਵਾਦ ਕਰਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ। ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬੀ ਚ ਕਹਿੰਦੇ ਹੈ ਨਾਮ ਚੱਲੂਗਾ ਬਾਬਲਾ ਤੇਰਾ ਲੁੱਟਣ ਮਿੱਤਰਾਂ ਦੇ। ਅਸੀਂ ਤਾਂ ਆਹ ਜਿਹੜੀਆਂ ਗੱਲਾਂ ਕਰ ਰਹੇ ਨਾ ਇਹ ਕਿਸੇ ਇਤਿਹਾਸ ਚ ਨਹੀਂ ਆਉਣੀਆਂ। ਇਤਿਹਾਸ ਚ ਤੁਹਾਡਾ ਨਾਮ ਆਏਗਾ ਕਿ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ, ਜੋਸ਼ੀਆਂ ਨੂੰ ਸਜ਼ਾ ਦਵਾਈਆਂ ਸੀ। ਇਸ ਕਰਕੇ ਅੱਜ ਉਹ ਮੌਕਾ ਹੈ ਜਦੋਂ ਤੁਸੀਂ ਜਿਸ ਤਰ੍ਹਾਂ ਤੁਸੀਂ ਪਾਣੀਆਂ ਦੇ ਮੁੱਦੇ ਤੇ ਖੜੇ, ਜਿਸ ਤਰ੍ਹਾਂ ਤੁਸੀਂ ਸਿੱਖ ਕੌਮ ਦੇ ਹਰਿਮੰਦਰ ਸਾਹਿਬ ਦੇ ਅਟੈਕ ਦੇ ਮੁੱਦੇ ਤੇ ਖੜੇ ਹੈ, ਅੱਜ ਮੌਕਾ ਹੈ ਉਸੇ ਤਰ੍ਹਾਂ ਖੜੇ ਹੋ ਕੇ ਸਿੱਖ ਕੌਮ ਨੂੰ ਦੱਸਣ ਦਾ ਕਿ ਇਹ ਸਿੱਖ ਕੌਮ ਦਾ ਸਰਦਾਰ ਹੈ ਜਿਹਨੇ ਉਹਨਾਂ ਜੁਰਮਾਨਿਆਂ ਤੋਂ ਔਰ ਪੰਥ ਦੇ ਦੋਸ਼ੀਆਂ ਤੋਂ ਉਹਨਾਂ ਨੂੰ ਧੂ ਕੇ ਜੇ ਜੇਲ੍ਹ ਚ ਲੈ ਕੇ ਗਏ ਤੁਸੀਂ ਤਾਂ ਤੁਹਾਨੂੰ ਸਿੱਖ ਕੌਮ ਜਾਣੇਗੀ ਕਿ ਤੁਸੀਂ ਸੱਚੇ ਪੱਕੇ ਸਿੱਖ ਹੋ ਤੇ ਤਾਂ ਸਾਨੂੰ ਵੀ ਮਾਣ ਹੋਏਗਾ ਕਿ ਅਸੀਂ ਤੁਹਾਡੀ ਰਹਿਨੁਮਾਈ ਚ ਮੰਤਰੀ ਬਣੇ ਹਾਂ, ਅਸੀਂ ਤੁਹਾਡੀ ਰਹਿਨੁਮਾਈ ਚ ਇਲੈਕਸ਼ਨ ਲੜੇ ਹੈ, ਵਾਅਦਾ ਕੀਤਾ ਸੀ ਅਸੀਂ ਪੂਰਾ ਕੀਤਾ। ਮਾਨਯੋਗ ਸਪੀਕਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਜਦੋਂ ਤੋਂ ਬਾਦਲ ਪਰਿਵਾਰ ਦੇ ਹੱਥ ਵਿੱਚ ਆਇਆ ਇਹਦੇ ਚ ਨਿਘਾਰ ਹੀ ਆਉਂਦਾ ਗਿਆ, ਦਿਨ ਪਰ ਦਿਨ ਨਿਘਾਰ ਆਇਆ। ਕਹਿੰਦੇ ਅੰਬਰ ਬੇਲ ਨਹੀਂ ਸੁੱਟੀ ਦੀ ਬਲਿਹਾਰੇ ਬੂਟੇ ਦੇ, ਪੁੱਤ ਕਿਸੇ ਦਾ ਕਦੇ ਨਾ ਲਾਈਏ ਸੁਰਪੇ ਸੁਰ। ਇਹਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਗਾਇਆ ਇਹ ਪਰਿਵਾਰ, ਉਹ ਗੱਲਾਂ ਭੁੱਲ ਜਾਣਗੀਆਂ ਬਾਅਦ ਚ ਕਰ ਲਾਂਗੇ, ਲੇਕਿਨ ਇਹਨਾਂ ਨੇ ਜਿਹੜੀ ਬੇਅਦਬੀ ਕਰਾਈ ਹੈ ਮਹਾਭਾਰਤ ਦੇ ਵਿੱਚ ਜਿਸ ਦਿਨ ਧ੍ਰਿਤਰਾਸ਼ਟਰ ਦੇ ਘਰ ਦੁਰਯੋਧਨ ਜੰਮਿਆ ਉਸ ਦਿਨ ਉਹਨੂੰ ਪੰਡਤਾਂ ਨੇ ਪੱਤਰੀ ਪੜ੍ਹਨ ਵਾਲਿਆਂ ਨੇ ਕਿਹਾ ਸੀ ਅੱਜ ਇਹ ਮਾਰਦੇ ਉਹਨੂੰ, ਕਿਉਂਕਿ ਇਹ ਨਹੀਂ ਤਾਂ ਤੇਰੀ ਕੌਮ ਨੂੰ ਔਰ ਤੇਰੇ ਨਾਮ ਨੂੰ ਬਦਨਾਮੀ ਦੇਵੇਗਾ। ਜੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨੂੰ ਜੰਮਦੇ ਨੂੰ ਮਾਰ ਦਿੰਦਾ ਤਾਂ ਅੱਜ ਇਹ ਦਿਨ ਨਹੀਂ ਸੀ ਦੇਖਣਾ ਪੈਣਾ ਉਹਨੂੰ, ਅੱਜ ਇਹ ਨਹੀਂ ਸੀ ਹੋਣਾ ਕਿ ਬੇਅਦਬੀ ਦੇ ਨਾਮ ਤੇ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਹੋਵੇ ਨਸ਼ਿਆਂ ਦੇ ਨਾਮ ਤੇ ਮੂੰਹ ਕਾਲਾ ਕਰਾ ਕੇ ਜਾਵੇ। ਆਖਰ ਤਾਂ ਚਲੇ ਜਾਣਾ, ਹਕੂਮਤ ਸਾਰਿਆਂ ਨੂੰ ਲੈ ਜਾਂਦੀ ਹੈ, ਲੇਕਿਨ ਇਹ ਬਦਨਾਮੀ ਦਾ ਦਾਗ ਉਸਦੇ ਮੁੰਡੇ ਸੁਖਬੀਰ ਬਾਦਲ ਨੇ ਦਿੱਤਾ ਉਹਨੂੰ।
ਪੰਜਾਬ ਦੇ ਵਿੱਚ ਵੱਧ ਫੈਲਿਆ ਨਾ ਫੈਲਣ ਦਿੰਦਾ ਜੇ ਸੁਖਬੀਰ ਬਾਦਲ ਨੂੰ ਫੜ ਕੇ ਰੋਕਦਾ ਕਿ ਇੱਕ ਤੇ ਗੋਲੀ ਪੈਰ ਧਰ ਕੇ ਗੋਲੀਆਂ ਚਲਾਉਣੀਆਂ ਬੰਦ ਕਰੋ ਧੀਆਂ ਦੀ ਇੱਜ਼ਤ ਨਾ ਰੋਲੋ ਤੁਸੀਂ ਨਾ ਕਰੋ ਵੱਧ ਫੈਲਿਆ ਨਸ਼ੇ ਨਾ ਫੈਲਾਓ ਤੁਸੀਂ ਸੱਚੇ ਸੌਦੇ ਵਾਲੇ ਨਾਲ ਮਿਲ ਕੇ ਗੁਰੂ ਦੀ ਬੇਅਦਬੀ ਨਾ ਕਰੋ ਉਸ ਟਾਈਮ ਰੋਕਦਾ ਉਸ ਟਾਈਮ ਦਾ 25 ਸਾਲ ਦਾ ਨਸ਼ਾ ਚੜਿਆ ਹੋਇਆ ਸੀ ਕਿ ਜੀ 25 ਸਾਲ ਰਾਜ ਕਰਾਂਗੇ ਹਰ ਇੱਥੇ ਅਸੀਂ ਉੱਧਰ ਬੈਠੇ ਹੁੰਦੇ ਸੀ ਉਂਝ ਉਹ ਧੱਕੇ ਮਾਰੀ ਜਾਣੇ ਉਹ ਪਿੱਛੇ ਤੇ ਉਹ ਬੋਲੀ ਜਾਇਆ ਕਰੇ ਅੱਜ ਕਿੱਥੇ ਗਏ ਉਹ ਬਲਟੋਹੇ ਉਰੀ ਲੋਕਾਂ ਨੇ ਘਰ ਬਿਠਾ ਦੇ ਸਾਰੇ ਪਿੱਛੇ ਤਾਂ ਐਵੇਂ ਹੁਰ ਹੁਰ ਕਰੀ ਜਾਵੇ ਉਧਰ ਮੈਨੂੰ ਬੋਲੀ ਜਾਇਆ ਕਰੇ ਮੈਨੂੰ ਹੁਣੇ ਕਹਿ ਰਹੇ ਸੀ ਇਹ ਤਾਂ ਇਹ ਸਿੱਖ ਕੌਮ ਦੇ ਕਾਬਲ ਹੀ ਨੀ ਬੰਦੇ ਸਿੱਖ ਕੌਮ ਇੰਨੀ ਤਕੜੀ ਕੌਮ ਹੈ ਉਹਦੇ ਵਿੱਚ ਇਹ ਕਿੱਥੇ ਦਾ ਮਸੰਦ ਆ ਕੇ ਮੈਨੂੰ ਇਹ ਨੀ ਸਮਝ ਆਈ ਸਪੀਕਰ ਸਾਹਿਬ ਆ ਪਿਛਲੀ ਵਿਧਾਨ ਸਭਾ ਦੇ ਵਿੱਚ ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੀ ਕਿਰਪਾ ਦਿਖਾ ਦਿਓ ਜੇ ਸਿੱਖੋ ਜੇ ਤੁਸੀਂ ਅੰਮ੍ਰਿਤ ਛਕਿਆ ਸਾਰੇ ਅੱਜ ਤੱਕ ਜਿੰਨੇ ਪ੍ਰਧਾਨ ਹੋਏ ਅਕਾਲੀ ਦਲ ਦੇ ਸਭ ਨੇ ਅੰਮ੍ਰਿਤ ਛਕਿਆ ਬਾਦਲ ਸਾਹਿਬ ਨੇ ਵੀ ਛਕਿਆ ਸੀ ਬਾਅਦ ਚ ਤੋੜਤਾ ਕੋਈ ਗੱਲ ਨੀ ਉਹਨੇ ਵੀ ਤੋੜਦਾ ਹੁਣ ਕਿਆ ਕਰੀਏ ਉਸ ਤੋਂ ਬਾਅਦ ਇਹਨੇ ਛਕਿਆ ਇਹਨੇ ਤੋੜਤਾ ਮੈਂ ਕਿਹਾ ਆਪਣੀ ਕਿਰਪਾਨ ਦਿਖਾਓ ਨਹੀਂ ਦਿਖਾ ਸਕਿਆ ਹੁਣ ਪਰਸੋਂ ਮੈਨੂੰ ਇੱਕ ਬੜਾ ਕੌਨਫੀਡੈਂਸ਼ੀਅਲ ਸੁਨੇਹਾ ਆਇਆ ਕਹਿੰਦੇ ਚੰਨੀ ਇਸ ਵਾਰ ਨਾ ਗੱਲ ਕਰ ਲਈ ਤੇ ਉਹਦੀ ਕਿਰਪਾਨ ਖਰੀਦ ਲਈ ਹੈ ਕੱਲ ਵੀ ਜਦ ਤੈਂ ਇੱਥੇ ਕਹਿਣਾ ਨਾ ਕਿਰਪਾਨ ਦਿਖਾ ਉਹਨੇ ਜਿਹੜੇ ਦਿਖਾ ਦੇਣੀ ਔਰ ਤੁਸੀਂ ਇਹ ਦੇਖੋ ਕੱਲ ਮੈਨੂੰ ਪਤਾ ਸੀ ਇਹਨੇ ਕਿਰਪਾਨ ਪਾਈ ਦੀ ਹੈ ਇੱਕ ਮੈਂ ਫੇਰ ਗੱਲ ਛੇੜਨੀ ਸੀ ਜੀ ਅੱਜ ਬੈਠਦਾ ਮੈਂ ਕਹਿਣਾ ਸੀ ਜਿਹੜੀ ਪਰਸੋਂ ਖਰੀਦੀ ਹੈ ਦਿਖਾ ਔਰ ਮੈਨੂੰ ਇਹ ਵੀ ਉਹਨੇ ਕਿਹਾ ਸੀ ਕਹਿੰਦਾ ਜੀ ਕਛਹਿਰੇ ਔਰ ਕੰਘੇ ਦੀ ਕੋਈ ਗਰੰਟੀ ਨਹੀਂ ਫੇਰ ਉਹ ਵੀ ਨਹੀਂ ਪਾਏ ਅਜੇ ਲੇਕਿਨ ਇਹ ਬੰਦੇ ਸਿੱਖ ਕੌਮ ਦੇ ਕਾਬਲ ਨਹੀਂ ਮੈਂ ਸਪੀਕਰ ਸਾਹਿਬ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਗੁਰਦਾਸ ਜੀ ਨੇ ਕਿਹਾ ਕਿ ਆਪਣੇ ਹੱਥੀ ਆਪਣੀ ਜੜ ਆਪ ਪਟਾਵੇ ਕੁੱਤਾ ਰਾਜ ਬਿਠਾ ਲਿਆ ਫਿਰ ਚੱਕੀ ਚੱਕਦਾ ਆਪਣੇ ਹੱਥੀ ਆਪਣੀ ਜੜ ਆਪ ਪੱਟੈ ਕੁੱਤਾ ਰਾਜ ਬਿਠਾ ਲਿਆ ਫਿਰ ਚੱਕੀ ਚੱਕਦਾ ਇਹਨਾਂ ਨੇ ਉਹ ਕੰਮ ਕਰਿਆ ਇਹਨਾਂ ਵਾਸਤੇ ਲਿਖੀ ਗਏ ਆ ਇਹਨਾਂ ਨੇ ਇਹਨਾਂ ਨੂੰ ਸਿੱਖ ਕੌਮ ਨੇ ਪੰਜਾਬ ਦੇ ਲੋਕਾਂ ਨੇ ਰਾਜ ਦਿੱਤਾ ਲੇਕਿਨ ਇਹਨਾਂ ਨੇ ਜਿਹੜੇ ਕਰਮ ਕੀਤੇ ਅੱਜ ਬੈਠੇ ਕਿਉਂ ਨਹੀਂ ਕਿਉਂਕਿ ਫੇਸ ਨਹੀਂ ਕਰ ਸਕਦੇ ਸਾਨੂੰ ਕੌਮ ਨੂੰ ਫੇਸ ਨਹੀਂ ਕਰ ਸਕਦੇ ਪੰਜਾਬ ਨੂੰ ਫੇਸ ਨਹੀਂ ਕਰ ਸਕਦੇ ਕਦੇ ਕੋਈ ਬਹਾਨੇ ਪਰ ਭੱਜਣ ਲੱਗਣ ਕਦੇ ਕੋਈ ਬਹਾਨੇ ਪਰ ਮੈਂ ਕਹੀ ਜਾ ਰਿਹਾ ਸੀ ਨਾਲਦਿਆਂ ਨੂੰ ਮੈਂ ਕਹਿੰਦਾ ਇਹਨੇ ਭੱਜਣਾ ਤੁਸੀਂ ਸਰ ਇਹ ਵੀ ਕਹਿਤਾ ਕਿ ਮੈਂ 8 ਵਜੇ ਤੱਕ ਟਾਈਮ ਦਿੰਦਾ ਜਿੱਦਾਂ ਮਰਜ਼ੀ ਬੋਲੋ ਫਿਰ ਤੁਸੀਂ ਇਹ ਵੀ ਕਹਿੰਦਾ 12 ਵਜੇ ਤੱਕ ਬੋਲ ਲਿਓ ਜਿੰਨਾ ਵੀ ਬੋਲਣਾ ਹੈ ਲੇਕਿਨ ਅਕਾਲੀ ਦਲ ਦਾ ਪ੍ਰਧਾਨ ਹੋਵੇ ਬਾਹਰ ਹੋ ਕੇ ਝੂਠ ਬੋਲੇ ਕਿ ਮੈਨੂੰ ਸਿਰਫ 12 ਮਿੰਟ ਦੇ ਰਹੇ ਸੀ ਜੀ ਉਹ ਸਰ ਤੁਸੀਂ ਸਾਰਿਆਂ ਦੇ ਸਾਹਮਣੇ ਔਨ ਰਿਕਾਰਡ ਹੈ ਪੱਤਰਕਾਰਾਂ ਨੇ ਦੇਖਿਆ ਲੋਕਾਂ ਨੇ ਦੇਖਿਆ ਸਾਰਿਆਂ ਨੇ ਦੇਖਿਆ ਕਿ ਤੁਸੀਂ ਕਿਹਾ ਕਿ 12 ਵਜੇ ਤੱਕ ਵੀ ਬੋਲ ਰਹੇ ਸੀ ਤੁਹਾਨੂੰ ਟਾਈਮ ਦੇਵਾਂਗੇ ਲੇਕਿਨ ਬਾਹਰ ਜਾ ਕੇ ਕਹਿੰਦੇ ਸਾਨੂੰ ਟਾਈਮ ਨਹੀਂ ਸੀ ਦੇ ਰਹੇ ਸਿਰਫ 12 ਮਿੰਟ ਦੇ ਰਹੇ ਤੇ ਇਸ ਕਰਕੇ ਨਹੀਂ ਬੋਲ ਇਹ ਬੰਦਿਆਂ ਨੇ ਅੱਜ ਤੱਕ ਜਿਹੜਾ ਅਕਾਲੀ ਦਲ ਦੇ ਖਿਲਾਫ ਬੋਲਿਆ ਉਹਨੂੰ ਇਹਨਾਂ ਨੇ ਖਾਲਿਸਤਾਨੀ ਕਹਿਤਾ ਜੋ ਸਿੱਖ ਹੈ ਜਿਹੜੀ ਸੰਸਥਾ ਇਹਨਾਂ ਦੇ ਨਾਲ ਬੋਲੀ ਇਹਨਾਂ ਦੇ ਖਿਲਾਫ ਉਹਦੀ ਟੱਕਰ ਸਿੱਧੀ ਅਕਾਲ ਤਖ਼ਤ ਨਾਲ ਬਣਾ ਦਿੱਤੀ ਆਪ ਬਾਹਰ ਹੋ ਕੇ ਉਹਨਾਂ ਨੂੰ ਕੁਟਾਇਆ ਪੂਰਾ ਨਾਲ ਸਿੱਖਾਂ ਦਾ ਨੁਕਸਾਨ ਕਰਿਆ ਇਹ ਇਹਨਾਂ ਦੀ ਹਿਸਟਰੀ ਰਹੀ ਹੈ ਸਰ 2007 ਤੋਂ ਸ਼ੁਰੂ ਹੋਈ ਹੈ ਕਹਾਣੀ ਮੈਂ ਉਸ ਟਾਈਮ ਚਸ਼ਮਜੀਤ ਗੋਆ ਆਪਣੇ ਬਾਦਲ ਸਾਹਿਬ ਬੈਠੇ ਮਨਪ੍ਰੀਤ ਜੀ ਗਿਲਦੀਆਂ ਜੀ ਬੈਠੇ ਹੈ ਇੱਥੇ ਜਲਾਲਪੁਰੀ ਜੀ ਬੈਠੇ ਅਸੀਂ ਚਸ਼ਮਜੀਤ ਗੋਆ ਸਭ ਤੋਂ ਪਹਿਲੇ ਦਿਨ 2007 ਦੇ ਵਿੱਚ ਖੁਸ਼ੀ ਖੁਸ਼ੀ ਸਾਰੇ ਜਿੱਤੇ ਅਸੀਂ ਆਜ਼ਾਦ ਜਿੱਤ ਗਏ ਮੀਟਿੰਗ ਹੋਈ ਅਕਾਲੀ ਦਲ ਦੀ CLP ਲੀਡਰ ਦੀ ਕੋਈ CLP ਦੀ ਮਤਲਬ ਸੋਰੀ ਉਹਨਾਂ ਦੀ ਜਿਹੜੀ ਲੈਜਿਸਲੇਟਿਵ MLA ਉਹਨਾਂ ਦੀ ਮੀਟਿੰਗ ਹੋਈ ਸਾਰਿਆਂ ਦੀ ਇਕੱਠੀ ਕੋਈ ਖੁਸ਼ੀ ਨਾ ਮਨਾਵੇ ਕਿ ਜੀ ਜਿੱਤ ਕੇ ਆਏ ਸੱਚੇ ਸੌਦੇ ਵਾਲੇ ਨੂੰ ਦੇਖੋ ਸੱਚੇ ਸੌਦੇ ਵਾਲੇ ਨੂੰ ਦੇਖੋ ਉਹਨੇ ਵੋਟਾਂ ਕਾਂਗਰਸ ਨੂੰ ਪਾ ਦੀਆਂ ਡਿਊਟੀ ਬਾਦਲ ਸਾਹਿਬ ਦੀ ਲੱਗ ਗਈ ਕਿ ਜੀ ਜੋ ਤੁਸੀਂ ਕਰ ਰਹੇ ਸੀ ਤੁਹਾਡੇ ਸਾਰਿਆਂ ਨੂੰ ਤੁਹਾਨੂੰ ਅਧਿਕਾਰ ਦਿੱਤੇ ਸੱਚੇ ਸੌਦੇ ਵਾਲੇ ਨੂੰ ਦੇਖਣਾ ਹੀ ਦੇਖਣਾ ਸੁਖਬੀਰ ਬਾਦਲ ਨੇ ਬਣਾਈ ਰਮਜ ਸੱਚੇ ਸੌਦੇ ਵਾਲੇ ਕੋਲ ਪਹਿਰਾਵਾ ਭੇਜਿਆ ਇੱਕ ਵਿਉਂਤ ਦੇ ਨਾਲ ਸਿੱਖ ਕੌਮ ਨੂੰ ਔਰ ਸੱਚੇ ਸੌਦੇ ਨੂੰ ਲੜਾ ਕੇ ਸਿੱਖ ਮਰਵਾ ਤੇ ਉਸ ਤੋਂ ਬਾਅਦ ਸੱਚੇ ਸੌਦੇ ਵਾਲੇ ਨਾਲ ਫੈਸਲਾ ਕਰ ਲਿਆ ਸੱਚੇ ਸੌਦੇ ਵਾਲਾ ਕਹਿੰਦਾ ਆਪਣੀ ਕਾਹਦੀ ਲੜਾਈ ਹੈ ਯਾਰ ਪਿਛਲੀ ਵਾਰ ਉਹਨਾਂ ਨੂੰ ਪਾਈਆਂ ਸੀ ਅਸੀਂ ਤੁਹਾਨੂੰ ਪਾ ਦਾਂਗਾ ਪੈਸੇ ਦੱਸੋ ਕਿੰਨੇ ਚਾਹੀਦੇ ਫੈਸਲਾ ਕਰੋ ਫੈਸਲਾ ਕਰਕੇ ਵੀ ਅਗਲੀ ਵਾਰੀ ਵੋਟਾਂ ਸਾਨੂੰ ਪਾਈ ਸਾਰੇ ਕੰਮਾਂ ਦੇ ਵਿੱਚ ਭਾਈਵਾਲ ਹੋ ਗਏ ਅਗਲੀ ਵਾਰੀ ਵੋਟਾਂ ਲੈ ਲਈਆਂ ਉਸ ਤੋਂ ਬਾਅਦ ਜਦ ਕਿਸਾਨਾਂ ਦਾ
ਸਾਰੀ ਦੁਨੀਆਂ ਜਾਣਦੀ ਪੰਜਾਬ ਦੇ ਵਿੱਚ ਕਿਸਾਨਾਂ ਨੇ ਐਜੀਟੇਸ਼ਨ ਕਰਿਆ, ਚਿੱਟੀ ਮੱਖੀ ਪੈ ਗਈ। ਕਿਸਾਨ ਕਿਸੇ ਤਰ੍ਹਾਂ ਲੋਟ ਨਾ ਆਵੇ, ਕਿਸਾਨਾਂ ਦੀ ਇਹਨਾਂ ਨੂੰ ਵੋਟ ਬੜੀ ਪੈਂਦੀ ਸੀ। ਬੇਵਕੂਫ ਬਣਾਉਣੇ ਨੂੰ ਬਾਦਲ ਤੁਹਾਨੂੰ ਪਤਾ ਕਿੰਨਾ ਗੁੱਝਾ ਅੰਦਰ ਦੇ, ਹਮੇਸ਼ਾ ਕਿਸਾਨਾਂ ਦੀ ਬੇਵਕੂਫ ਬਣਾ ਕੇ ਵੋਟ ਲੈਂਦਾ ਰਿਹਾ। ਜਦ ਕਿਸਾਨ ਉਲਟ ਹੋ ਗਏ, ਇਹਨਾਂ ਨੇ ਲੋਕਾਂ ਦੀ ਇੰਟੈਂਸ਼ਨ ਡਾਇਵਰਟ ਕਰਨ ਵਾਸਤੇ ਜਿੰਨੀਆਂ ਬੇਅਦਬੀਆਂ ਕਰਾਈਆਂ ਉਹ ਸੁਖਬੀਰ ਬਾਦਲ ਨੇ ਕਰਵਾਈਆਂ। ਸੱਚੇ ਸੌਦੇ ਵਾਲੇ ਨਾਲ ਮਿਲ ਕੇ ਇਹਨਾਂ ਨੇ ਸਾਰੀਆਂ ਬੇਅਦਬੀਆਂ ਕਰਾਈਆਂ, ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਇਹੀ ਰਿਪੋਰਟ ਕਹਿੰਦੀ ਹੈ, ਇਹ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਪੈਰ ਬਾਦਲਾਂ ਦੇ ਘਰ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਜੀ 2 ਸਾਲ ਪਹਿਲਾਂ ਕਹਿ ਚੁੱਕੇ ਹੈ, ਉਸ ਤੋਂ ਬਾਅਦ ਜਿੰਨਾ ਵੀ ਟਾਈਮ ਹੋਇਆ, ਕਿ ਜੀ ਬਾਦਲਾਂ ਦੇ ਘਰ ਤੋਂ ਇਹ ਪੈਰ ਜਾਂਦੀ, ਇਹਨਾਂ ਨੇ ਇਹ ਬੇਅਦਬੀਆਂ ਕਰਵਾਈਆਂ ਇੰਟੈਂਸ਼ਨ ਡਿਵਰਟ ਕਰਨ ਵਾਸਤੇ ਪੰਜਾਬ ਦੇ ਹਾਲਾਤ ਵਿੱਚ। ਸੋ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਕਿਉਂਕਿ ਅਜੇ ਸੀਐਮ ਸਾਹਿਬ ਨੇ ਬੋਲਣਾ, ਮੇਰੇ ਪਾਸ ਕਾਫੀ ਕੁਛ ਬੋਲਣ ਨੂੰ ਸੀਗਾ। ਥੈਂਕ ਯੂ। ਲੇਕਿਨ ਵਾਈਂਡ ਅਪ ਕਰ ਲਓ, ਸੀਐਮ ਸਾਹਿਬ ਨੇ ਬੋਲਣਾ ਹੈ, ਵਾਈਂਡ ਅਪ ਕਰ। ਸਪੀਕਰ ਸਾਹਿਬ, ਹੁਣ ਕਿਹੜੀ ਕਿਹੜੀ ਗੱਲ ਕਰਾਈ ਤੁਸੀਂ ਦੱਸੋ, ਢੰਡਰੀਆਂ ਵਾਲੇ ਦਾ ਕਿਆ ਕਸੂਰ ਸੀ ਜੀ? ਸੰਤ ਹੈ, ਪ੍ਰਚਾਰਕ ਹੈ, ਲੇਕਿਨ ਉਹਨੂੰ ਮਾਰਨ ਲੱਗੇ ਸੀ, ਬੁਰਛਾ ਕਰਦੀ ਕਰੀ ਨਾਲ ਦਾ ਸੰਤ ਮਰ ਗਿਆ। ਔਰ ਉਹ ਪਤਾ ਨੀ ਕਿਸ ਤਰ੍ਹਾਂ ਬਚਿਆ, ਇੰਨਾ ਤਕੜਾ ਸੰਤ, ਦੱਸੋ ਕਿਆ ਕਸੂਰ ਸੀ ਟੰਡਰੀਆਂ ਵਾਲੇ ਦਾ? ਲੇਕਿਨ ਇਹਨਾਂ ਦੀ ਬੋਲੀ ਨੀ ਸੀ ਬੋਲਦਾ, ਇਸ ਕਰਕੇ ਉਹਨੂੰ ਮਾਰਿਆ। ਮੈਂ ਇਹ ਵੀ ਸੀਐਮ ਸਾਹਿਬ ਨੂੰ ਕਹਿਣਾ, ਉਹਦੇ ਕੇਸ ਦੀ ਇਨਕੁਆਇਰੀ ਕਰਾਓ, ਇਹਨਾਂ ਦੇ ਘਰ ਉਹਦੀ ਵੀ ਬੈਠ ਜਾਂਦੀ ਹੈ। ਇਹ ਤਾਂ ਪੰਜਾਬ ਨੂੰ ਲੁੱਟ ਕੇ ਖਾ ਗਏ, ਇਹਨਾਂ ਪੰਜਾਬ ਨੂੰ ਬਰਬਾਦ ਕੀਤਾ। ਔਰ ਇਹ ਪੰਜਾਬ ਦੇ ਸਿਰ ਤੇ ਸਰਾਪ ਹੈ, ਜਦ ਤੱਕ ਇਹ ਪੰਜਾਬ ਵਿੱਚ ਹੈ, ਪੰਜਾਬ ਕਿਸ ਤਰ੍ਹਾਂ ਦੱਸੋ? ਇਹਨਾਂ ਨੇ ਬਾਦਲਾਂ ਨੇ ਥੋੜੀਆਂ ਲੜਾਈਆਂ ਕਰਾਈਆਂ ਪੰਜਾਬ ਦੇ ਵਿੱਚ। ਸਪੀਕਰ ਸਾਹਿਬ, ਮੈਂ ਜ਼ਿਆਦਾ ਨਾ ਬੋਲਦਾ ਹੋਇਆ, ਮੈਂ ਸੀਐਮ ਸਾਹਿਬ ਨੂੰ ਕਹਿਣਾ, ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਤੋਂ ਬੜਾ ਪੰਜਾਬ ਦੇ ਵਿੱਚ ਅੱਜ ਕੋਈ ਐਡਮਿਨਿਸਟ੍ਰੇਟਰ ਨਹੀਂ ਹੈ, ਹਰ ਕੋਈ ਮੰਨਦਾ ਹੈ। ਔਰ ਇਹਨਾਂ ਨੇ ਸਾਬਤ ਕਰੀ ਹੋਈ ਹੈ ਗੱਲ, ਜਦ ਤੁਸੀਂ ਐਡੇ ਤਕੜੇ ਐਡਮਿਨਿਸਟ੍ਰੇਟਰ ਹੋ ਗਏ, ਸੀਬੀਆਈ ਕੌਣ ਹੁੰਦੀ ਹੈ ਇਨਕੁਆਇਰੀ ਕਰਨ ਵਾਲੀ? ਸੀਐਮ ਸਾਹਿਬ, ਇਹ ਸਾਰੀ ਇਨਕੁਆਇਰੀ ਤੁਹਾਡੇ ਆਪਣੇ ਕੋਲ ਰੱਖੋ, ਅਸੀਂ ਸੀਬੀਆਈ ਨੂੰ ਨਹੀਂ ਦੇਣੀ। ਅੱਜ ਐਲਾਨ ਕਰੋ ਕਿ ਪੁਰਾਣੀਆਂ ਇਨਕੁਆਇਰੀਆਂ ਜਿਹੜੀਆਂ ਇਹਨਾਂ ਨੇ ਉੱਥੇ ਦਿੱਤੀਆਂ, ਕਿਉਂ ਦਿੱਤੀਆਂ ਇਹਨਾਂ ਨੇ? ਇਹਨਾਂ ਨੂੰ ਪਤਾ ਹੈ ਕਿ ਉੱਪਰ ਬੀਜੇਪੀ ਦੀ ਸਰਕਾਰ ਹੈ, ਸਾਡੀ ਤੁੱਤੀ ਬੋਲਦੀ ਹੈ, ਸਾਨੂੰ ਸੀਬੀਆਈ ਨੂੰ ਕੁਛ ਕਹਿਣਾ ਨਹੀਂ। ਉਹ ਵੀ ਲਓ ਵਾਪਸ, ਇਹ ਵੀ ਇਨਕੁਆਇਰੀ ਇੱਥੇ ਹੋਵੇ, ਬਾਦਲਾਂ ਤੇ ਪਰਚਾ ਦੇ ਕੇ। ਮੇਰੀ ਗੱਲ ਸੁਣੋ, ਸਾਰਾ ਕੁਝ ਸੱਚੇ ਸੌਦੇ ਵਾਲੇ ਦੇ ਨਾਲ ਮਿਲ ਕੇ ਕਰਿਆ, ਜਿੱਥੇ ਗਿਆ ਸੱਚੇ ਸੌਦੇ ਵਾਲਾ ਉੱਥੇ ਜਾਵੇ ਤੀਜਾ ਸਾਲਾ, ਜਿੱਥੇ ਗਿਆ ਸੱਚੇ ਸੌਦੇ ਵਾਲਾ ਉੱਥੇ ਜਾਵੇ ਤੀਜਾ ਸਾਲਾ। ਇਹ ਕਿਉਂ ਬਾਹਰ ਬੈਠਣ? ਸਾਰਾ ਕੁਝ ਪੰਜਾਬ ਦਾ ਇਹਨਾਂ ਨੇ ਉਹਦੇ ਨਾਲ ਮਿਲ ਕੇ ਨੁਕਸਾਨ ਕੀਤਾ। ਸਪੀਕਰ ਸਾਹਿਬ, ਅੱਜ ਰਾਜਨੀਤਿਕ ਗਰੇਬ ਬਣੀ ਹੋਈ ਹੈ, ਕਾਵਰ ਇੱਕ ਹੈ, ਜਾਂ ਤਾਂ ਪੰਥ ਦੇ ਦੇਸ਼ ਦੇ ਸੂਬੇ ਦੇ ਦੋਖਿਆਂ ਨੂੰ ਪਾ ਦਿਓ, ਨਹੀਂ ਲੋਕ ਸਾਨੂੰ ਵੀ ਨਹੀਂ ਬਖਸ਼ਣਗੇ। ਕਾਵਰ ਫਿਰ ਸਾਡੇ ਵਾਸਤੇ ਤਿਆਰ ਹੈ, ਜੇ ਅਸੀਂ ਅੱਜ ਇਹਨਾਂ ਨੂੰ ਬਖਸ਼ਤਾ, ਕੜੀ ਤੇ ਕੜੀ ਸਜ਼ਾ ਮਿਲਣੀ ਚਾਹੀਦੀ। ਕੱਲ ਨੂੰ ਭਾਜੜਾ ਪਈਆਂ ਮੈਂ ਹੁਣ ਪਤੀੜੀ ਪਈ ਹੋਵੇ ਗਲੀਆਂ ਦੇ ਵਿੱਚ ਘੁੰਮਦੇ ਦੀ। ਮੈਂ ਕਹਿੰਦਾ ਸੁਖਬੀਰ ਬਾਦਲ ਨੂੰ, ਮੈਂ ਚੈਲੇਂਜ ਕਰਦਾ ਸੁਖਬੀਰ ਬਾਦਲ ਨੂੰ ਲੋਕਾਂ ਦੇ ਬਿਹਾਫ ਤੇ, ਕਿ ਤੂੰ ਸਿਕਿਉਰਿਟੀ ਲੈ ਕੇ ਪਿੰਡ ਬਾਦਲੇ ਵੜ ਕੇ ਦਿਖਾ ਦੇ। ਬਾਦਲ ਵਿੱਚ ਜਾਵੇ, ਸਿਕਿਉਰਿਟੀ ਨੂੰ ਛੱਡ ਕੇ ਬਾਦਲ ਵਾਲਿਆਂ ਨੇ ਭਜਾ ਲੈਣਾ ਮੂਹਰੇ ਮੂਹਰੇ, ਲੋਕਾਂ ਨੇ ਕੁੱਟ ਕੁੱਟ ਕੇ ਮਾਰ ਦੇਣੇ, ਇਹ ਜੜੇ ਪੈਣੇ ਇਹਨਾਂ ਦੇ। ਔਰ ਪੰਜਾਬ ਦੀਆਂ ਜੇਲ੍ਹਾਂ ਨੇ ਨੀ ਚੱਲਣਾ ਇਹਨਾਂ ਨੂੰ। ਇੱਕ ਗੱਲ ਹੋਰ ਦੱਸ ਦੇਣਾ, ਆਹ ਸੁਖੀ ਜੀ ਬੈਠੇ ਜੇਲ੍ਹਾਂ ਦੇ ਵਿੱਚ, ਤੁਸੀਂ ਕਿੱਥੇ ਦੇ ਆਜੂਗਾ ਪੰਜਾਬੀ ਜੇਲ੍ਹ? ਜਿੰਨੇ ਉੱਥੇ ਕੈਦੀ ਉਹਨਾਂ ਨੇ ਮਾਰ ਦੇਣਾ ਇਹਨਾਂ ਨੂੰ ਕੁੱਟ ਕੁੱਟ ਕੇ। ਉਹ ਇਹਨਾਂ ਨੂੰ ਤਾਂ ਉੱਥੇ ਬਾਬੇ ਨਾਲੇ ਛੱਡਣਾ ਪੈਣਾ। ਸੋ ਮੈਂ ਆਖਰ ਨੂੰ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ, ਸੀਐਮ ਸਾਹਿਬ ਸਾਰੀ ਸਦਨ ਵੱਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਵਾਰ ਨਾ ਉਹ ਗੱਲ ਦਿਖਾ ਦਿਓ ਜਿਹੜੀ ਪਿਛਲੀ ਵਾਰ ਸੀਗੀ ਤੁਹਾਡੀ, ਉਹ ਜਿਹੜਾ ਬਲੂੰਗੜੇ ਵਾਲੀ ਗੱਲ ਸੀ ਨਾ ਜੀ, 2002 ਵਾਲਾ, ਇੱਕ ਵਾਰ ਝਟਕਾ ਜਿਹਾ ਦਿਖਾ ਦਿਓ ਇਹਨਾਂ ਨੂੰ। ਸਿੱਖ ਕੌਮ ਤੁਹਾਨੂੰ ਉਡੀਕ ਰਹੀ ਹੈ ਕਿ ਇਹਨਾਂ ਨੂੰ ਫੜ ਕੇ ਅੰਦਰ ਦਿਓ, ਸਿੱਖ ਕੌਮ ਇਹਨਾਂ ਨੂੰ ਦੇਖਣਾ ਚਾਹੁੰਦੀ ਹੈ ਫੜ ਕੇ ਲਿਜਾਂਦਿਆਂ ਨੂੰ ਅੰਦਰ, ਜਿਨ੍ਹਾਂ ਨੇ ਸਾਡੇ ਨੌਜਵਾਨ ਵੀ ਗਾਲੇ ਹੈ, ਜਿਨ੍ਹਾਂ ਨੇ। ਮੈਂ ਅਖੀਰ ਵਿੱਚ ਜ਼ਿਆਦਾ ਨਹੀਂ, ਸੀਐਮ ਸਾਹਿਬ ਆਪ ਜਾਣੀ ਜਾਣ, ਸਾਰਿਆਂ ਨੂੰ ਬੇਨਤੀ ਕਰਦਾ ਇੱਕ ਵਾਰ ਹੱਥ ਜੋੜ ਕੇ, ਤਾਂ ਨਹੀਂ ਹੱਥ ਖੜੇ ਕਰਕੇ ਜ਼ਰੂਰ ਕਹਿ ਦਿਓ ਕਿ ਸੀਬੀਆਈ ਨੂੰ ਕੇਸ ਨਹੀਂ ਜਾਣਾ ਚਾਹੀਦਾ, ਕੇਸ ਐਸੀ ਰਹਿਣਾ ਚਾਹੀਦਾ। ਔਰ ਇਹਨਾਂ ਦੇ ਪਰਚਾ ਦੇ ਕੇ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ, ਪੁਰਾਣੇ ਕੇਸ ਵਾਪਸ ਲੈਣੇ ਚਾਹੀਦੇ ਆ, ਇਹਨਾਂ ਪਾਸ ਕੋਈ ਕੇਸ
ਉੱਥੇ ਨਾ ਰਹੇ ਸੀਬੀਆਈ ਕੋਲ ਸਾਰੇ ਕੇਸ ਇੱਥੇ ਹੋਣ ਸੀਐਮ ਸਾਹਿਬ ਫਿਰ ਮੈਂ ਕਹਿੰਦਾ ਨੌ ਵੱਜਣਾ ਬਾਬਲਾ ਤੇਰਾ ਲੋਟਣ ਮਿੱਤਰਾਂ ਦੇ ਸਾਡਾ ਨਾਮ ਨੀ ਤੁਹਾਡਾ ਨਾਮ ਇਤਿਹਾਸ ਵਿੱਚ ਲਿਖਿਆ ਜਾਊਗਾ ਸੁਨਹਿਰੀ ਅੱਖਰਾਂ ਦੇ ਵਿੱਚ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੋਈ ਰਿਪੋਰਟ ਬਣਾਈ ਸੀ ਉਹਦੇ ਤੇ ਐਕਸ਼ਨ ਹੋਇਆ ਸੀ ਆਹ ਮੇਰੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਦਲਾ ਲਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।